ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਅਕਾਲ। ਵੀ ਜੇ ਤੁਸੀਂ ਫਿਲਮ ਵੇਖਣ ਆਉਣੀ ਹੈ ਤੇ ਕੁਰਮਾਲ ਜ਼ਰੂਰ ਲੈ ਕੇ ਆਇਓ, ਇੱਕ ਅੱਖਾਂ ਪੂੰਝੇ ਨੂੰ ਤੇ ਇੱਕ ਸਿਰ ਢੱਕ ਲਿਓ। ਅੱਛੀ ਮੂਵੀ ਸੀ ਤੇ ਬੜੀ ਇਮੋਸ਼ਨਲ ਸੀ। ਹਾਂ, ਇੰਨੀ ਵਧੀਆ ਮੂਵੀ, ਮੈਂ ਮੇਰਾ ਖਿਆਲ ਲਾਈਫ 'ਚ ਫਸਟ ਟਾਈਮ ਇੰਨੀ ਵਧੀਆ ਔਰ ਸਾਰਾ ਕੁਛ ਟਰੂ। ਮੇਰੇ ਬ੍ਰਦਰ ਨੇ ਮੇਰੇ ਬੇਟੇ ਲਈ ਸੁੱਖਿਆ ਸੀਗਾ, ਸੁੱਖ ਸੁੱਕੀ ਸੀ ਉੱਥੇ ਜਿੱਥੇ ਇਹ ਗਏ ਬਾਈ ਜੀ ਸੀਨ ਆ ਵਿੱਚ ਗੁਰਦੁਆਰੇ ਦਾ, ਅਤੇ ਮੈਂ ਹੁਣ ਇੱਥੋਂ ਫੋਨ ਕਰਨਾ ਜਾ ਕੇ ਘਰ ਵੀ ਟਿਕਟਾਂ ਬੁੱਕ ਕਰਾ ਦਿਓ, ਮੈਂ ਵੀ ਜਾ ਕੇ ਮੱਥਾ ਟੇਕ ਕੇ ਆਉਂਦਾ। ਕਿਵੇਂ ਆਪਾਂ ਕਈ ਵਾਰੀ ਮਸ਼ੀਨਾਂ ਵਾਂਗੂ ਕੰਮ ਕਰਦੇ ਅੱਗੇ ਇੰਨਾ ਨਿਕਲ ਜਾਂਦੇ ਹਾਂ ਕਿ ਪਿੱਛੇ ਮੁੜਨ ਦਾ ਟਾਈਮ ਨਹੀਂ ਮਿਲਦਾ, ਅਤੇ ਪਹਿਲਾਂ ਤਾਂ ਆਪਾਂ ਬੱਚਿਆਂ ਨੂੰ ਕਹੀ ਜਾਂਦੇ ਹਾਂ ਕੰਮ ਕਰੋ ਕੰਮ ਕਰੋ ਕੰਮ ਕਰੋ, ਫਿਰ ਕਹਿੰਦੇ ਸਾਨੂੰ ਟਾਈਮ ਨਹੀਂ ਦਿੰਦੇ। ਇਹੋ ਜਿਹੜੀ ਸਿਰੇ 'ਤੇ ਹੀ ਆ ਗੱਲ, ਇਹਦੇ ਉੱਤੇ ਕੁਛ ਨਹੀਂ ਹੈ ਜੀ। 2-3 ਘੰਟੇ ਪਤਾ ਹੀ ਨਹੀਂ ਲੱਗਿਆ, ਇੰਨਾ ਖੋ ਗਏ ਹਾਂ ਉਸ ਚੀਜ਼ 'ਚ। ਅਰਦਾਸ ਨਾਲ ਪੰਜਾਬੀ ਸਿਨੇਮੇ ਨੇ ਮੋੜ ਕੱਟਿਆ ਸੀ, ਅਤੇ ਇਸ ਅਰਦਾਸ ਨਾਲ ਪੰਜਾਬੀ ਸਿਨੇਮਾ ਹੋਰ ਵੱਡਾ ਹੋਇਆ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀ ਵੀ, ਮੈਂ ਜੋਗਰਾਜ ਸਿੰਘ ਕਾਲੋਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਅੱਜ ਅਸੀਂ ਪਹੁੰਚੇ ਹਾਂ ਸਰੀ ਦੇ ਸਟ੍ਰਾਬਰੀ ਹਿੱਲ ਸਿਨੇਮਾ 'ਚ, ਜਿੱਥੇ ਅਰਦਾਸ ਸਰਬੱਤ ਦੇ ਭਲੇ ਦੀ ਮੂਵੀ ਦੀ ਸਪੈਸ਼ਲ ਸਕਰੀਨਿੰਗ ਕੀਤੀ ਗਈ ਹੈ। ਅੱਜ ਮੂਵੀ ਦੇ ਮੇਨ ਸਟਾਰ, ਮੂਵੀ ਦੇ ਰਾਈਟਰ ਡਾਇਰੈਕਟਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਸਮੇਤ ਕੁਛ ਹੋਰ ਆਰਟਿਸਟਾਂ ਦੇ ਨਾਲ ਇੱਥੇ ਪਹੁੰਚ ਰਹੇ ਨੇ। ਸਰੀ ਸ਼ਹਿਰ ਦੇ ਕੁਛ ਹੋਰ ਨਾਮਵਰ ਸ਼ਖਸੀਅਤਾਂ ਅੱਜ ਇੱਥੇ ਪਹੁੰਚਣਗੀਆਂ, ਅੱਜ ਇਸ ਫਿਲਮ ਨੂੰ ਇਕੱਠਿਆਂ ਪਹਿਲਾਂ ਦੇਖਣਗੇ, ਬਾਅਦ ਵਿੱਚ ਫਿਲਮ ਦੇ ਬਾਬਤ ਕੁਛ ਰਿਵਿਊਜ਼ ਤੁਹਾਡੇ ਨਾਲ ਸਾਂਝੇ ਕਰਾਂਗੇ, ਉਹ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਥੈਂਕ ਯੂ ਸੋ ਮੱਚ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ। ਪਹਿਲਾਂ ਸਾਡੀਆਂ 2 ਫਿਲਮਾਂ ਅਰਦਾਸ ਅਤੇ ਅਰਦਾਸ ਕਰਾਂ ਰਿਲੀਜ਼ ਹੋ ਚੁੱਕੀਆਂ ਨੇ, ਤੁਸੀਂ ਦੇਖੀਆਂ ਨੇ, ਅਤੇ ਕੋਸ਼ਿਸ਼ ਕੀਤੀ ਆ ਕਿ ਉਸੇ ਲੜੀ ਨੂੰ ਅੱਗੇ ਤੋਰਿਆ ਜਾਵੇ। ਸੋ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਹੈਗਾ ਜੀ। ਬਲਜੀਤ ਭਾਅ ਜੀ ਨਾਲ ਨੇ, ਸਾਡੀ ਫਿਲਮ ਦੇ ਇਹ DOP ਵੀ ਨੇ ਅਤੇ ਐਡੀਟਰ ਵੀ ਨੇ, ਅਤੇ ਅਸੀਂ ਸਾਰੀ ਟੀਮ ਨੇ ਕੋਸ਼ਿਸ਼ ਕੀਤੀ ਆ ਕਿ ਇੱਕ ਖੂਬਸੂਰਤ ਫਿਲਮ ਬਣਾਈ ਜਾਵੇ। ਤੁਸੀਂ ਦੇਖ ਕੇ ਦੱਸਿਓ, ਬਾਕੀ ਜਿੱਥੇ ਤੁਹਾਨੂੰ ਵਧੀਆ ਲੱਗੇ ਤੁਸੀਂ ਤਾੜੀਆਂ ਮਾਰ ਸਕਦੇ ਹੋ, ਕਿਉਂਕਿ ਮੈਨੂੰ ਐਂ ਲੱਗਦਾ ਹੁੰਦਾ ਵਾ ਕਿ ਜਦੋਂ ਮੈਂ ਆਪ ਬੈਠਾ ਹੁੰਦਾ ਸਕਰੀਨਿੰਗ ਦੇ ਵਿੱਚ, ਤੁਸੀਂ ਤਾੜੀਆਂ ਤੂੜੀਆਂ ਮਾਰਦੇ ਹੋ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਆਹਾ ਸੀਨ ਜ਼ਿਆਦਾ ਵਧੀਆ ਲੱਗਿਆ ਨਹੀਂ ਵਧੀਆ ਲੱਗਿਆ ਹੈਗਾ। ਆਪਣਾ ਰਿਸਪੋਂਸ ਜ਼ਰੂਰ ਦਿੰਦੇ ਰਹੇ ਹੋ ਅਤੇ ਆਪਣਾ ਫੀਡਬੈਕ ਦੇ ਕੇ ਜਾਇਓ, ਜੇ ਚੰਗੀ ਲੱਗੀ ਫਿਲਮ ਤਾਂ ਚੰਗੀ, ਕਿ ਉਹ ਨਹੀਂ ਲੱਗੀ ਤਾਂ ਵੀ ਕੋਈ ਪ੍ਰੋਬਲਮ ਨਹੀਂ, ਆਪਣੇ ਰਿਵਿਊਜ਼ ਜ਼ਰੂਰ ਦੇ ਕੇ ਜਾਇਓ। ਥੈਂਕ ਯੂ ਸੋ ਮੱਚ, ਸੋ ਦੇਖਦੇ ਹਾਂ ਜੀ ਆਪਾਂ ਫਿਲਮ। ਥੈਂਕ ਯੂ ਭਾਅ ਜੀ, ਥੈਂਕ ਯੂ। ਪਲੀਜ਼ ਭਾਅ ਜੀ ਬਲਜੀਤ ਸਿੰਘ ਦਿਓ ਜੀ, ਤੁਸੀਂ ਫਿਲਮ ਬਾਰੇ ਕੋਈ ਜਾਣਕਾਰੀ। ਵੈਸੇ ਤੁਸੀਂ ਘੱਟ ਬੋਲਦੇ ਹੋ ਭਾਅ ਜੀ। ਮੈਂ ਤਾਂ ਬਹੁਤ ਘੱਟ ਬੋਲਦਾ। ਜਦੋਂ ਵੀ ਅਸੀਂ ਅਰਦਾਸ ਬਣਾਈ ਦੀ ਆ, ਅਸੀਂ ਕੁਛ ਨਾ ਕੁਛ ਆਪ ਬਣਾਉਂਦੇ ਬਣਾਉਂਦੇ ਕੁਛ ਸਿੱਖਦੇ ਹਾਂ, ਅਤੇ ਜਦੋਂ ਤੁਸੀਂ ਫਿਲਮ ਦੇਖੋਗੇ ਮੈਨੂੰ ਵੀ ਲੱਗਦਾ ਤੁਹਾਨੂੰ ਵੀ ਕੁਛ ਨਾ ਕੁਛ ਮਿਲੂਗਾ ਇਹਦੇ ਵਿੱਚੋਂ। ਅਤੇ ਇੱਦਾਂ ਨਹੀਂ ਹੁੰਦਾ ਕਿ ਹਰੇਕ ਬੰਦੇ ਨੂੰ ਉਹੀ ਚੀਜ਼ ਮਿਲਦੀ ਆ, ਅਲੱਗ ਅਲੱਗ ਬੰਦੇ ਨੂੰ ਕੁਛ ਨਾ ਕੁਛ ਨਵੀਂ ਚੀਜ਼ ਮਿਲੇਗੀ ਕਿ ਮੈਂ ਇਹਦੇ ਵਿੱਚੋਂ ਕੀ ਸਿੱਖਿਆ, ਮੇਰੇ ਲਈ ਕੀ ਮੈਸੇਜ ਹੈ। ਇੱਕ ਮੈਸੇਜ ਨਹੀਂ, 2000 ਮੈਸੇਜਿਸ ਆ, ਉਹ ਤੁਸੀਂ ਦੇਖਣਾ ਤੁਹਾਡੀ ਮੈਸੇਜ ਕੀ ਆ। ਅਤੇ ਜਦੋਂ ਤੁਸੀਂ ਰਿਵਿਊ ਵੀ ਦਿਓਗੇ ਉਦੋਂ ਵੀ ਦੱਸ ਦਿਓ ਕਿ ਤੁਹਾਨੂੰ ਮੈਸੇਜ ਕੀ ਮਿਲਿਆ। ਥੈਂਕ ਯੂ ਸੋ ਮੱਚ।
ਬਹੁਤ ਹੀ ਵਧੀਆ ਮੂਵੀ ਹੈ ਜੀ। ਜਿਹੜੇ ਸੱਜਣਾਂ ਨੇ ਪਹਿਲਾਂ ਅਰਦਾਸ ਮੂਵੀ ਦੇਖੀ ਆ, ਕੁਛ ਨਾ ਕੁਛ ਹਰੇਕ ਵਰਗ ਨੂੰ ਸਿੱਖਣ ਨੂੰ ਮਿਲਦਾ। ਔਰ ਜਿਹੜੀ ਆਪਣੀ ਆਮ ਦੀ ਜ਼ਿੰਦਗੀ ਆ ਉਹਦੇ ਵਿੱਚ ਵੀ ਦੱਸਿਆ ਕਿ ਕਿਵੇਂ ਆਪਾਂ ਕਈ ਵਾਰੀ ਮਸ਼ੀਨਾਂ ਵਾਂਗੂ ਕੰਮ ਕਰਦੇ, ਅੱਗੇ ਇੰਨਾ ਨਿਕਲ ਜਾਂਦੇ ਕਿ ਪਿੱਛੇ ਮੁੜਨ ਦਾ ਟਾਈਮ ਨਹੀਂ ਮਿਲਦਾ। ਅਤੇ ਪਹਿਲਾਂ ਤਾਂ ਆਪਾਂ ਬੱਚਿਆਂ ਨੂੰ ਕਹੀ ਜਾਂਦੇ ਹਾਂ ਕੰਮ ਕਰੋ ਕੰਮ ਕਰੋ ਕੰਮ ਕਰੋ, ਫਿਰ ਕਹਿੰਦੇ ਸਾਨੂੰ ਟਾਈਮ ਨਹੀਂ ਦਿੰਦੇ। ਸੋ ਬੜੀ ਹੀ ਵਧੀਆ ਸਟੋਰੀ ਆ, ਆਈ ਡੋਂਟ ਗਿਵ ਇਟ ਆਊਟ, ਜਿਹਨੀ ਨਹੀਂ ਦੇਖੀ ਜ਼ਰੂਰ ਦੇਖਣੀ ਚਾਹੀਦੀ ਆ। ਔਰ ਬਹੁਤ ਹੀ ਵਧੀਆ ਉਪਰਾਲਾ ਗਿੱਪੀ ਵੀਰ ਜੀ ਉਹਨਾਂ ਦਾ, ਸੰਘਾ ਵੀਰ ਜੀ ਉਹਨਾਂ ਦਾ, ਸਾਰਿਆਂ ਦਾ, ਜਿਹਨੇ ਵੀ ਜਿਹੜੀ ਸਾਰੀ ਟੀਮ ਇਨਵੋਲਵ ਆ ਘੁੱਗੀ ਵੀਰ ਜੀ ਹੋਣੀ, ਸਾਰਿਆਂ ਨੇ ਬਹੁਤ ਹੀ ਕਾਬਲੇ ਤਾਰੀਫ ਐਕਟਿੰਗ ਆ ਔਰ ਸਟੋਰੀ ਲਾਈਨ ਬਹੁਤ ਹੀ ਜ਼ਬਰਦਸਤ ਸੀ ਜੀ। ਬਹੁਤ ਵਧੀਆ ਜੀ ਮੂਵੀ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਜਾ ਕੇ ਜ਼ਰੂਰ ਵੇਖੋ, ਕਿਉਂਕਿ ਗਿੱਪੀ ਭਾਈ ਦਾ, ਘੁੱਗੀ ਭਾਈ ਦਾ, ਹੋਰ ਵੀ ਜਿੰਨੇ ਸਾਰਿਆਂ ਬਹੁਤ ਵਧੀਆ ਰੋਲ ਆ, ਕਿਉਂਕਿ ਇੱਕ ਨਵੀਂ ਇੱਕ ਬੱਚਿਆਂ ਨੂੰ ਬਹੁਤ ਵੱਡਾ ਇੱਕ ਇਹ ਹੁੰਗਾਰਾ ਕਿ ਬੱਚੇ ਜਿਹੜੇ ਸਾਡੇ ਆ ਉਹ ਚੀਜ਼ਾਂ ਨਵੀਆਂ, ਜ਼ਰੂਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਰਹਿ ਜਾਂਦੀਆਂ ਨੇ ਘੁੱਟ ਕੇ ਉਹ ਸਾਹਮਣੇ ਆਈਆਂ ਨੇ। ਬੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਇਹ ਅਰਦਾਸ ਆ ਸਰਬੱਤ ਦੇ ਭਲੇ ਦੀ, ਇਹ ਮੂਵੀ ਜ਼ਰੂਰ ਸਾਰੇ ਵੇਖ ਕੇ ਆਓ। ਹਾਂਜੀ ਵੀਰ ਜੀ, ਬਹੁਤ ਹੀ ਵਧੀਆ ਮੂਵੀ ਸੀਗੀ ਜੀ। ਅਤੇ ਪਹਿਲਾਂ ਤਾਂ ਇਹ ਸੀਗਾ ਵੀ ਆਮ ਜਿਹੜੀਆਂ ਮੂਵੀਆਂ ਹੁੰਦੀਆਂ ਜਦੋਂ 1-2-3 ਬਣਦੀਆਂ ਨਾ ਜੀ, ਉਹ ਸਟੈਪ ਬਾਈ ਸਟੈਪ ਘੱਟਦਾ ਰਹਿੰਦਾ ਜੀ, ਇਹ ਉਲਟ ਕੰਮ ਹੋ ਰਿਹਾ ਜੀ। ਇਹੋ ਜਿਹੜੀ ਸਿਰੇ 'ਤੇ ਹੀ ਆ ਗੱਲ, ਇਹਦੇ ਉੱਤੇ ਕੁਛ ਨਹੀਂ ਹੈ ਜੀ। ਬਹੁਤ ਜ਼ਿਆਦਾ ਸਮਾਜ ਨੂੰ ਸੇਧ ਦੇਣ ਵਾਲੀ ਹੈ, ਆਪਣੇ ਬਜ਼ੁਰਗਾਂ ਨੂੰ ਕਿਵੇਂ ਉਹਨਾਂ ਦੀ ਕਦਰ ਕਰਨੀ ਹੈ, ਕੀ ਸਾਰਾ ਕੁਛ ਹੈ ਜੀ, ਕਿਵੇਂ ਬੱਚਿਆਂ ਨਾਲ ਪਿਆਰ ਕਰਨਾ, ਸਾਰਾ ਬਹੁਤ ਹੀ ਵਧੀਆ ਮੂਵੀ ਹੈ ਜੀ, ਨੰਬਰ 1। ਥੈਂਕ ਯੂ। Very, yeah, deep words, understandable. Every word has a meaning. Thank you. ਬਹੁਤ ਸੋਹਣੀ ਮੂਵੀ ਲੱਗੀ ਆ, ਇੱਥੇ ਜਿੰਨੇ ਕੈਨੇਡੀਅਨ ਬੱਚੇ ਆ ਉਹਨਾਂ ਨੂੰ ਦੇਖਣੀ ਚਾਹੀਦੀ ਹੈ ਮੂਵੀ, ਬਹੁਤ ਸੋਹਣੀ। ਬਹੁਤ ਵਧੀਆ ਜੀ, ਫੈਂਟਾਸਟਿਕ ਮੂਵੀ। ਜ਼ਿਆਦਾਤਰ ਮੂਵੀਜ਼ 'ਚ ਆਪਾਂ ਦੇਖਦੇ ਹਾਂ ਇੱਕ ਮੈਸੇਜ ਨਿਕਲਦਾ, ਇਹ ਇਹੋ ਜਿਹੀ ਮੂਵੀ ਆ, ਮੈਨੂੰ ਲੱਗਦਾ ਵੀ ਅਨਲਿਮਿਟਿਡ ਮੈਸੇਜ ਹੈ ਇਹ 'ਚ, ਫੈਮਿਲੀ ਦੇ ਬਾਰੇ, ਡਰਿੰਕ ਐਂਡ ਡਰਾਈਵ ਬਾਰੇ, ਬੇਟਾ ਬੇਟੀ ਬਾਰੇ, ਸੋ ਮੈਨੀ ਮੈਸੇਜਿਸ ਹਨ। ਬਿਊਟੀਫੁਲ ਮੂਵੀ, ਜ਼ਰੂਰ ਦੇਖੋ ਜੀ, ਬਹੁਤ ਅੱਛੀ ਮੂਵੀ ਹੈ, ਫੈਮਿਲੀ ਨਾਲ ਦੇਖੋ। ਬਸ ਠੀਕ ਠਾਕ ਹੈ ਜੀ, ਬਹੁਤ ਵਧੀਆ ਜੀ। ਹਾਂਜੀ, ਫਿਲਮ ਬਹੁਤ ਹੀ ਵਧੀਆ ਸੀਗਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹ ਸੁਜੈਸ਼ਨ ਮੈਂ ਸਾਰਿਆਂ ਨੂੰ ਦੇਣਾ ਚਾਹੁੰਦਾ, ਬੇਨਤੀ ਆ ਵੀ ਜੇ ਤੁਸੀਂ ਫਿਲਮ ਵੇਖਣ ਆਉਣੀ ਹੈ ਤਾਂ ਕੁਰਮਾਲ ਜ਼ਰੂਰ ਲੈ ਕੇ ਆਇਓ, ਇੱਕ ਅੱਖਾਂ ਪੂੰਝੇ ਨੂੰ ਤਾਂ ਇੱਕ ਸਿਰ ਟੱਕਣ। ਬਹੁਤ ਵਧੀਆ ਜੀ, ਨੰਬਰ 1। ਬਹੁਤ ਵਧੀਆ ਮੂਵੀ ਹੈ, ਮਤਲਬ ਇੱਦਾਂ ਲੱਗਦਾ ਵੀ ਹਰ ਇੱਕ ਬੰਦੇ ਦੀ ਜ਼ਿੰਦਗੀ ਨਾਲ ਕੁਛ ਨਾ ਕੁਛ ਜ਼ਰੂਰ ਜੁੜਿਆ ਹੋਇਆ ਇਸ ਚੀਜ਼ ਨਾਲ। ਮਤਲਬ 2.5-3 ਘੰਟੇ ਪਤਾ ਹੀ ਨਹੀਂ ਲੱਗਿਆ, ਇੰਨਾ ਖੋ ਗਏ ਹਾਂ ਉਸ ਚੀਜ਼ 'ਚ। ਬਹੁਤ ਵਧੀਆ, ਬਹੁਤ ਮਿਹਨਤ ਕੀਤੀ ਹੈ ਸਾਰੇ ਸਟਾਫ ਨੇ, ਸਾਰੀ ਟੀਮ ਨੇ, ਅਤੇ ਇਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜ਼ਰੂਰ ਦੇਖੋ ਮੂਵੀ, ਕਿਉਂਕਿ ਇਹ ਚੀਜ਼ਾਂ ਨਾਲ ਸਾਨੂੰ ਨਾ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਪਤਾ ਲੱਗਦਾ ਕਿ ਉਹਨੇ ਸਾਨੂੰ ਬਹੁਤ ਕੁਛ ਦਿੱਤਾ ਹੋਇਆ, ਅਸੀਂ ਐਵੇਂ ਨਿੱਕੀ ਨਿੱਕੀ ਚੀਜ਼ ਪਿੱਛੇ ਆਪਣੇ ਆਪ ਨੂੰ ਦੁਖੀ ਕਰਨ ਦਾ ਬਹਾਨਾ ਲੱਭਦੇ ਰਹਿੰਦੇ ਹਾਂ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ, ਅਤੇ ਇਹ ਜਿਹੜੀ ਉਹਨਾਂ ਦੀ ਮਿਹਨਤ ਦਾ ਉਹਨਾਂ ਨੂੰ ਫਲ ਮਿਲੇ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲੱਗਿਆ ਜੀ, ਬਹੁਤ ਵਧੀਆ ਲੱਗਿਆ। ਜਿਵੇਂ ਗਿੱਪੀ ਬਾਈ ਜੀ ਨੇ ਡੈਡੀ ਮੰਮੀ ਡੈਡੀ 'ਤੇ ਬਣਾਈ ਆ, ਉਹ ਰਿਸ਼ਤਿਆਂ ਨੂੰ ਪੂਰੀ ਜਾਗਰਤ ਕਰਿਆ ਜੀ, ਬਹੁਤ ਵਧੀਆ ਲੱਗਿਆ ਜੀ। ਬਾਈ ਜੀ ਨੂੰ ਤਰੱਕੀ ਬਖਸ਼ੇ ਮਾਣ ਜੀ। ਬਹੁਤ ਵਧੀਆ, ਇੰਨੀ ਵਧੀਆ ਮੂਵੀ, ਮੈਂ ਮੇਰਾ ਖਿਆਲ ਲਾਈਫ 'ਚ ਫਸਟ ਟਾਈਮ ਇੰਨੀ ਵਧੀਆ, ਔਰ ਸਾਰਾ ਕੁਛ ਟਰੂ। ਮੈਂ ਕਹਿੰਦੀ ਹਾਂ ਕਿ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਜੇ ਉਹਨਾਂ ਨੇ ਮਿਸ ਕੀਤੀ ਨਾ, ਦੈਟ ਮੀਨਸ ਉਹ ਬਲੈਸਡ ਨਹੀਂ ਹੈਗੇ। ਸੋ ਆਈ ਐਮ ਬਲੈਸਡ, ਆਈ ਐਮ ਇਨਵਾਈਟਡ, ਐਂਡ ਆਈ ਰੀਅਲੀ ਇੰਜੋਏ ਦਿਸ ਮੂਵੀ, ਔਰ ਬਹੁਤ ਵਧੀਆ ਮੂਵੀ ਹੈ। ਮੇਰੇ ਕੋਲ ਵਰਡਸ ਨਹੀਂ ਹੈਗੇ ਜਿੰਨਾ ਚਿਰ ਉਹ ਆਪ ਨਹੀਂ ਆ ਕੇ ਸਾਰੇ ਜਣੇ ਦੇਖਦੇ। ਸੋ ਦੇ ਐਵਰੀ ਵਨ ਸ਼ੁੱਡ ਵਾਚ ਦਿਸ ਮੂਵੀ। ਯਾ,
ਹਾਂਜੀ ਬਹੁਤ ਬਹੁਤ ਵਧੀਆ ਮੂਵੀ ਲੱਗੀ ਆ। ਜਿਹੜਾ ਮੈਸੇਜ ਦਿੱਤਾ ਪਿੱਛੇ ਬਹੁਤ ਵਧੀਆ ਮੈਸੇਜ ਉਹਨਾਂ ਨੇ ਇੱਦਾਂ ਦਿੱਤਾ, ਜਿਹੜੀਆਂ ਚੀਜ਼ਾਂ ਤੁਹਾਡੇ ਅਰਾਊਂਡ ਨੇ ਆਪਾਂ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਸਿੱਖੀਏ। ਜਿੱਦਾਂ ਬਹੁਤ ਵਾਰੀ ਹੁੰਦਾ ਆਪਾਂ ਚੀਜ਼ਾਂ ਗ੍ਰਾਂਟਿਡ ਫੋਰ ਗ੍ਰਾਂਟਿਡ ਲੈ ਲੈਂਦੀਆਂ, ਤਾਂ ਇਹ ਮੂਵੀ ਤੁਹਾਨੂੰ ਕਾਇੰਡ ਆਫ ਬੈਕ ਟੂ ਰਿਐਲਿਟੀ ਲੈ ਕੇ ਆਉਂਦੀਆਂ ਨੇ। ਤਾਂ ਜਿਹੜੀਆਂ ਚੀਜ਼ਾਂ ਤੁਹਾਡੇ ਅਰਾਊਂਡ ਨੇ ਜਦੋਂ ਚੱਲ ਜਾਂਦੀਆਂ ਨੇ ਆਪਾਂ ਉਦੋਂ ਜਾ ਕੇ ਅਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ। ਬਹੁਤ ਵਧੀਆ ਮੈਸੇਜ ਦਿੱਤਾ, ਥੈਂਕ ਯੂ, ਗ੍ਰੇਟ ਮੂਵੀ ਭਾਜੀ, ਅਮੇਜ਼ਿੰਗ ਡਾਇਰੈਕਸ਼ਨ, ਮਿਊਜ਼ਿਕ ਐਂਡ ਡਾਇਲੋਗ ਡਿਲੀਵਰੀ, ਐਵਰੀਥਿੰਗ ਔਨ ਸਪੌਟ, ਲਾਈਕ ਵਨ ਆਫ ਦ ਬੈਸਟ ਮੂਵੀਜ਼। ਇਟਸ ਗੁੱਡ, ਬੈਸਟ ਮੂਵੀ, ਕੰਗ੍ਰੈਚੁਲੇਸ਼ਨ ਜੀ। ਬਹੁਤ ਵਧੀਆ ਭਾਜੀ, ਬਹੁਤ ਜ਼ਿਆਦਾ ਵਧੀਆ, ਬਹੁਤ ਹੀ ਗਿੱਪੀ ਬਾਈ ਦੀ ਟੀਮ ਬਹੁਤ ਹੀ ਸੁਚੱਜੇ ਢੰਗ ਨਾਲ ਮੂਵੀ ਬਣਾਈ ਗਈ ਆ, ਹਰ ਇੱਕ ਨੂੰ ਜਾ ਕੇ ਬਹੁਤ ਵਧੀਆ ਮੂਵੀ ਭਾਜੀ, ਬਹੁਤ ਵਧੀਆ, ਬਹੁਤ ਜ਼ਿਆਦਾ ਮੈਸੇਜ ਮੂਵੀ ਦੇ ਵਿੱਚ, ਸਾਰਿਆਂ ਨੂੰ ਦੇਖਣੀ ਚਾਹੀਦੀ, ਆਪਣੇ ਮਾਂ ਪਿਓ ਨੂੰ ਨਾਲ ਲਿਆ ਕੇ। ਭਾਈ ਬਹੁਤ ਵਧੀਆ ਮੂਵੀ ਸੀ, ਬਹੁਤ ਵਧੀਆ ਵਧੀਆ ਚੀਜ਼ਾਂ ਦਿਖਾਈਆਂ ਜਿਹੜੀ ਦਿਖਾਉਣੀ ਚਾਹੀਦੀ ਆਉਣ ਵਾਲੇ ਟਾਈਮ ਵਾਸਤੇ। ਜਿੱਦਾਂ ਅੱਜ ਦੀ ਜਨਰੇਸ਼ਨ 'ਚ ਆਪਾਂ ਕੈਨੇਡਾ 'ਚ ਜਿਹੜੀ ਹਾਲ ਹੀ ਚੀਜ਼ਾਂ ਚੱਲਣ ਦੀਆਂ ਕੈਨੇਡਾ ਦੇ ਵਿੱਚ, ਉਹ ਚੀਜ਼ਾਂ ਅੱਜ ਦਿਖਾਈਆਂ ਗਈਆਂ। ਦੂਜੀ ਚੀਜ਼ ਭਾਅ ਜੀ, ਇੱਕ ਚੀਜ਼ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਜਦੋਂ ਆਪਣਾ ਅਰਦਾਸ ਵਾਲਾ ਸੀਨ ਆਊਗਾ, ਸਾਰਿਆਂ ਨੂੰ ਇੱਕ ਇਹੀ ਬੇਨਤੀ ਆ ਕਿ ਜਦੋਂ ਵੀ ਅਰਦਾਸ ਦਾ ਸੀਨ ਆਊਗਾ ਸਾਰੇ ਜਾਣੇ ਖਲੋ ਹੱਥ ਜੋੜ ਕੇ, ਕਿਉਂਕਿ ਭਾਈ ਕਈਆਂ ਨੇ ਦਰਸ਼ਨ ਕੀਤੇ ਕਈਆਂ ਨੇ ਨਹੀਂ ਕੀਤੇ, ਆਪਣੇ ਸ਼ੂ ਲਾਓ ਖਲੋ ਕੇ, ਆਪਣਾ ਇੱਜ਼ਤ ਮਾਨਣਾ, ਮੱਥਾ ਟੇਕ ਕੇ ਸਾਰੇ ਅਰਦਾਸ ਸ਼ਾਮਿਲ ਹੋ, ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਹੈ ਭਾਅ ਜੀ। ਲਾਸਟ ਜਿਹੜਾ ਮੈਸੇਜ ਅਰਦਾਸ ਵਾਲਾ ਉਹ ਕੋਈ ਫਿਲਮ 'ਚ ਨਹੀਂ ਦਿਖਾਇਆ ਗਿਆ, ਆਪਾਂ ਦੇਖੀਏ ਵਨ ਐਂਡ ਓਨਲੀ ਇਹ ਗਿੱਪੀ ਭਾਅ ਜੀ ਨੇ ਹੀ ਦਿਖਾਇਆ ਆ, ਇਹ ਤੋਂ ਇਲਾਵਾ ਕਿਤੇ ਹੋਰ ਵੀ ਇਹ ਕੋਈ ਦਿਖਾ ਵੀ ਨਹੀਂ ਸਕਦਾ ਮੈਂ ਕਹੂੰਗਾ, ਕਿਉਂਕਿ ਬਹੁਤ ਵਧੀਆ ਮੈਸੇਜ ਆ ਅਤੇ ਹਰ ਇੱਕ ਕਿਸੇ ਨੂੰ ਦਿਖਾਉਣਾ ਚਾਹੀਦਾ। ਬਹੁਤ ਥੈਂਕ ਯੂ। ਬਹੁਤ ਅੱਛੀ ਮੂਵੀ ਸੀ ਅਤੇ ਬੜੀ ਇਮੋਸ਼ਨਲ ਸੀ। ਹਾਂਜੀ ਬੜੀ ਅੱਛੀ ਸੀ। ਹਾਂਜੀ ਬਹੁਤ ਸੋਹਣੀ ਮੂਵੀ ਆ, ਪਰਿਵਾਰ ਸਮੇਤ ਦੇਖੋ ਸਾਰੇ ਜਾਣੇ ਆ ਕੇ। ਘੁੱਗੀ ਦੀ ਐਕਟਿੰਗ ਬਹੁਤ ਸੋਹਣੀ ਆ, ਬਹੁਤ ਸੋਹਣੇ ਵਰਡ ਕਰੇ ਆ, ਅਤੇ ਸਾਰੀ ਮੂਵੀ ਬਹੁਤ ਸੋਹਣੀ ਆ, ਬਹੁਤ ਸੋਹਣੀ ਪਰਿਵਾਰ ਸਮੇਤ ਦੇਖਣ ਵਾਲੀ ਆ ਸਾਡੀ। ਹਾਂਜੀ ਮਹਾਰਾਜ ਧੰਨ ਧੰਨ ਹੋ ਗਈ ਜੀ, ਹਮੇਸ਼ਾ ਦੀ ਤਰ੍ਹਾਂ ਕੀ ਕਹਿੰਦੇ ਹੁੰਦੇ ਆ ਸਪੀਚਲੈਸ ਹੋ ਜਾਂਦਾ ਸੀ, ਪਰ ਹਰ ਵਾਰੀ ਜਿਹੜਾ ਪੰਜਾਬੀ ਸਿਨੇਮਾ ਆ ਉਹ ਇੰਟਰਟੇਨਮੈਂਟ ਤੋਂ ਉੱਤੇ ਉੱਠ ਕੇ ਅਤੇ ਜਿਹੜੀਆਂ ਸਾਡੀਆਂ ਰੋਜ਼ਮਰਾ ਦੀਆਂ ਪ੍ਰੋਬਲਮਾਂ ਨਹੀਂ ਕਹਿ ਸਕਦਾ ਮੈਂ, ਜੀਣ ਦੇ ਢੰਗ ਜਿਹੜੇ ਸਾਨੂੰ ਬਾਣੀ 'ਚੋਂ ਮਿਲਦੇ ਆ ਉਹਨਾਂ ਨੂੰ ਸਾਡੇ ਅੱਗੇ ਪੇਸ਼ ਕੀਤਾ ਗਿਆ। ਬਹੁਤ ਵਧੀਆ ਸੀ, ਬਹੁਤ ਵਧੀਆ, ਅਤੇ ਅਰਦਾਸ ਨਾਲ ਪੰਜਾਬੀ ਸਿਨੇਮੇ ਨੇ ਮੋੜ ਕੱਟਿਆ ਸੀ ਅਤੇ ਇਸ ਅਰਦਾਸ ਨਾਲ ਪੰਜਾਬੀ ਸਿਨੇਮਾ ਹੋਰ ਵੱਡਾ ਹੋਇਆ ਅਤੇ ਮੁਬਾਰਕਬਾਦ ਹੈ ਸਾਰੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਹੋਏ ਹਰੇਕ ਬੰਦੇ ਨੂੰ ਅਤੇ ਗਿੱਪੀ ਗਰੇਵਾਲ ਬਾਈ ਨੂੰ ਸਪੈਸ਼ਲੀ। ਕਿਵੇਂ ਲਿਖਾ ਸਰ? ਹਾਂਜੀ ਬਹੁਤ ਚੰਗੀ ਲੱਗੀ ਮੂਵੀ ਜੀ, ਬਹੁਤ ਬਹੁਤ ਹੀ ਆ, ਇਹਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਿਆ ਅੱਜ, ਕਿਉਂਕਿ ਪਰਿਵਾਰ ਦਾ ਪਿਆਰ, ਬੱਚਿਆਂ ਦਾ ਪਰਿਵਾਰ ਦਾ ਪਿਆਰ ਔਰ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਹੈ, ਇਹ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਵਾਲੀਆਂ ਮੂਵੀ, ਬਹੁਤ ਅੱਛੀ ਮੂਵੀ ਹੈ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਾਨੂੰ ਬਹੁਤ ਸੋਹਣੀ ਮੂਵੀ ਲੱਗੀ, ਅਸੀਂ ਬਹੁਤ ਹੈਪੀ ਹੋਏ ਦੇਖ ਕੇ, ਅਸੀਂ ਅਰਦਾਸ ਵੀ ਕੀਤੀ ਪਰਮਾਤਮਾ ਦੇ ਅੱਗੇ। ਹਾਂਜੀ ਬਹੁਤ ਮੂਵੀ ਬਹੁਤ ਸੋਹਣੀ ਆ, ਜਿੱਦਾਂ ਮੈਂ ਤਾਂ ਇਹ ਰੈਕਮੈਂਡ ਕਰਦਾ ਵੀ ਹਰ ਇੱਕ ਨੂੰ ਦੇਖਣੀ ਚਾਹੀਦੀ ਆ, ਕਿਉਂਕਿ ਜਿਹੜੀਆਂ ਥੀਮਸ ਆ ਦੇਰ ਆਰ ਸੋ ਮੈਨੀ ਆਫ ਦੈਮ, ਡਰਿੰਕਿੰਗ ਡਰਾਈਵਿੰਗ, ਦੂਜਾ ਆਪਣੇ ਬੱਚਿਆਂ ਦਾ ਲੜਕੇ ਲੜਕੀ ਦਾ ਇਸ਼ੂ, ਪੇਰੈਂਟ ਚਾਈਲਡ ਰਿਲੇਸ਼ਨਸ਼ਿਪ, ਦੇਰ ਇਜ਼ ਸੋ ਮੱਚ, ਔਰ ਦੂਜੇ ਡਾਇਲੋਗ ਹੈ ਜਿਹੜੇ ਦੇ ਆਰ ਰੀਲੀ ਇੰਪ੍ਰੈਸਿਵ, ਬਹੁਤ ਸੋਹਣੇ ਡਾਇਲੋਗ ਆ ਐਂਡ ਦੈਟ ਟੂ ਦਾ ਪੁਆਇੰਟ, ਔਰ ਦੋਹਾਂ ਦੀ ਆਪਣੀ ਘੁੱਗੀ ਦੀ ਵੀ ਤਾਂ ਗਿੱਪੀ ਦੀ ਇਹਨੇ ਤਾਂ ਸਪੈਸ਼ਲੀ ਦੇ ਆਰ ਜਸਟ ਕਮੈਂਡੇਬਲ, ਹਰ ਇੱਕ ਐਕਟਰ ਨੇ ਬਹੁਤ ਸੋਹਣਾ ਕੰਮ ਕੀਤਾ, ਇਟਸ ਏ ਗ੍ਰੇਟ ਮੂਵੀ, ਵੈਰੀ ਗੁੱਡ। ਬਹੁਤ ਸੋਹਣੀ ਸੀ ਜੀ, ਬਹੁਤ ਇਮੋਸ਼ਨਲ ਵੀ ਸੀਗੀ, ਉਹਨਾਂ ਨੂੰ ਸਾਡੇ ਵੱਲੋਂ ਕਿਹਾ ਕੰਗਰੈਚੁਲੇਸ਼ਨਸ ਕਹਿ ਦਿਓ। ਹਾਂਜੀ ਬਹੁਤ ਸੋਹਣੀ ਸੀ, ਬਹੁਤ ਵਧੀਆ ਮੂਵੀ ਸੀ ਵੀਰ ਜੀ,
ਆਈ ਥਿੰਕ ਬੜੇ ਟਾਈਮ ਬਾਅਦ ਇੱਦਾਂ ਦੀ ਮੂਵੀ ਆਈ ਹੈ ਜਿਹੜੇ ਤੁਸੀਂ ਸਾਰੇ ਬੰਦੇ ਇਕੱਠੇ ਬਹਿ ਕੇ ਦੇਖ ਸਕਦੇ ਹੋ। ਵੈਰੀ ਨਾਈਸ ਮੂਵੀ, ਘੁੱਗੀ ਵਾਜ਼ ਦੀ ਬੈਸਟ, ਗੁਰਪ੍ਰੀਤ ਘੁੱਗੀ ਇਜ਼ ਅ ਬੈਸਟ ਬੈਸਟ ਐਕਟਿੰਗ ਐਵਰ ਆਈ ਸੀ। ਥੈਂਕ ਯੂ। ਫਿਲਮ ਬਹੁਤ ਵਧੀਆ ਜੀ, ਇੱਕ ਤਾਂ ਸੀਨ ਮੇਰੇ ਨਾਲ ਦੀ ਰਿਲੇਟਡ ਆ। ਅੱਛਾ। ਮੇਰੇ ਬ੍ਰਦਰ ਨੇ ਮੇਰੇ ਬੇਟੇ ਲਈ ਸੁੱਖਿਆ ਸੀਗਾ, ਸੁੱਖ ਸੁੱਕੀ ਸੀ ਉੱਥੇ ਜਿੱਥੇ ਇਹ ਗਏ ਆ ਬਾਈ ਜੀ, ਸੀਨ ਆ ਵਿੱਚ ਗੁਰਦੁਆਰੇ ਦਾ, ਅਤੇ ਮੈਂ ਹੁਣ ਇੱਥੋਂ ਫੋਨ ਕਰਨਾ ਜਾ ਕੇ ਘਰ ਵੀ ਟਿਕਟਾਂ ਬੁੱਕ ਕਰਾ ਦਿਓ, ਮੈਂ ਵੀ ਜਾ ਕੇ ਮੱਥਾ ਟੇਕ ਕੇ ਆਉਂਦਾ। ਹਾਂਜੀ ਹਾਂਜੀ, 11 ਸਾਲ ਦਾ ਬੇਟਾ ਹੋ ਗਿਆ ਅਤੇ ਮੈਨੂੰ ਸਿੱਖਣ ਨੂੰ ਕੰਮ ਮਿਲ ਗਿਆ। ਹਾਂਜੀ ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ, ਬਹੁਤ ਬਹੁਤ ਵਧੀਆ ਫਿਲਮ ਸੀ ਜੀ, ਸ਼ਿਕਸ਼ਾ ਦੇਣ ਵਾਲੀ ਸੀਗੀ। ਸਾਰਿਆਂ ਨੂੰ ਕਹਾਂਗੇ ਭੈਣ ਭਰਾ ਨੂੰ ਵੇਖਣਗੇ ਉੱਧਰ ਵੀ। ਹਾਂਜੀ ਬਹੁਤ ਬਹੁਤ ਥੈਂਕ ਯੂ ਗਿੱਪੀ ਸਰ ਦਾ ਵੀ। ਥੈਂਕ ਯੂ ਜੀ। ਅਤੇ ਮੈਂ ਕਹਿੰਦਾ ਬਹੁਤ ਬਹੁਤ ਹੀ ਅੱਛੀ ਮੂਵੀ ਹੈਗੀ ਨੀ, ਕਮਾਲ ਕਰਤੀ ਗੀਪੀ ਨੂੰ। ਸ਼ੁਰੂ 'ਚ ਕਹਿੰਦੇ ਸੀਗੇ ਹੈਗੇ ਨੀ ਵੀ ਕੋਈ ਗਲਤੀ ਹੋਏ ਦੱਸੋ, ਗਲਤੀ ਹੈ ਹੀ ਨਹੀਂ ਗੀ। Beautiful, beautiful. It was a beautiful movie. The message is amazing. There's, you know, there's moments you're laughing, there's moments you're crying, but it was beautifully done. ਬਹੁਤ ਅੱਛੀ ਫਿਲਮ ਹੈ ਜੀ, ਬਹੁਤ ਦੇਖਣੀ ਚਾਹੀਦੀ ਸਾਰਿਆਂ ਨੂੰ, ਐਂਡ ਇਟਸ ਅ ਸੁਪਰ ਹਿੱਟ। ਬਹੁਤ ਵਧੀਆ ਜੀ, ਪੂਰੇ ਪਰਿਵਾਰ ਨਾਲ ਆਉਣਾ ਚਾਹੀਦਾ, ਬੱਚਿਆਂ ਨੂੰ ਲੈ ਕੇ ਆਓ ਜੀ, ਬਹੁਤ ਹੀ ਮੈਸੇਜ ਨੇ ਇਸ ਫਿਲਮ 'ਚ, ਅਤੇ ਪੂਰੀ ਗਿੱਪੀ ਗਰੇਵਾਲ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਗੁੱਡ ਲੱਕ। ਥੈਂਕ ਯੂ। ਵਧੀਆ ਮੂਵੀ ਆ ਅਰਦਾਸ, ਅਤੇ ਇਸ ਕਰਕੇ ਸਾਰਿਆਂ ਨੂੰ ਫੈਮਿਲੀਆਂ ਨਾਲ ਆਉਣਾ ਚਾਹੀਦਾ, ਅਤੇ ਜੋ ਵੀ ਸਾਡੇ ਵਿੱਚ ਤਾਂ ਆਪਸ ਵਿੱਚ ਹੀ ਪਰਿਵਾਰਾਂ ਨਾਲ ਚੰਗਾ ਮਾੜਾ ਜਾਂ ਬਹਿਸ ਵਸਾਈ ਆ ਫੈਮਿਲੀ ਨਾਲ ਵੀ ਹੁੰਦਾ, ਉਹਨਾਂ ਨੂੰ ਇਹ ਸ਼ਿਕਸ਼ਾ ਦੇਣ ਵਾਲੀ ਆ, ਵਧੀਆ ਪਰਿਵਾਰਿਕ ਫਿਲਮ ਆ, ਦੇਖਣ ਵਾਲੀ ਆ, ਬਹੁਤ ਵਧੀਆ ਫਿਲਮ। ਮੁਬਾਰਕਾਂ ਗਿੱਪੀ ਜੀ ਨੂੰ ਜੀ, ਥੈਂਕ ਯੂ। ਹਾਂਜੀ ਜੀ, ਮਾਸਟ ਵਾਚ ਮੂਵੀ ਆ, ਜ਼ਰੂਰ ਦੇਖਣੀ ਚਾਹੀਦੀ ਆ ਸਾਰਿਆਂ ਨੂੰ, ਅਤੇ ਗਿੱਪੀ ਗਰੇਵਾਲ ਹੋਣਾ ਨੂੰ ਵਧਾਈਆਂ, ਵਧਾਈ ਦੇ ਪਾਤਰ ਆ, ਉਹਨਾਂ ਨੇ ਇੰਨੀ ਸੋਹਣਾ ਉਪਰਾਲਾ ਕੀਤਾ, ਇਟਸ ਰੀਅਲੀ ਗੁੱਡ। ਸਾਰਿਆਂ ਦਾ ਜਦੋਂ ਦੇਖ ਰਹੇ ਹੈਗੇ ਹਾਂ, ਉਹ ਨਿਚੋੜ ਇਹੀ ਹੈਗਾ ਕਿ ਵਧੀਆ ਸਮਾਜ ਸਿਰਜਣ ਲਈ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ, ਚਾਹੇ ਆਪਾਂ ਫੇਥ ਦੀ ਗੱਲ ਕਰ ਲਈਏ, ਕਿਉਂਕਿ ਫੇਥ ਜਿਹੜਾ ਹੈਗਾ, ਫਰੋਮ ਫੇਥ ਜਿਹੜੀ ਆ ਉਹ ਹੋਪ ਆਉਂਦੀ ਆ, ਫਰੋਮ ਹੋਪ ਐਵਰੀਥਿੰਗ ਬਿਕਮਸ ਪੋਸੀਬਲ। ਦੂਸਰਾ ਹੈਗਾ ਪੇਰੈਂਟਸ, ਜਦੋਂ ਅਸੀਂ ਆਪਣੇ ਪੇਰੈਂਟਸ ਨੂੰ ਤਵੱਜੋ ਦਿੰਦੇ ਹਾਂ ਤਾਂ ਨੈਚੁਰਲੀ ਉੱਥੇ ਹੀ ਸਾਰਾ ਕੁਛ ਵੱਸਦਾ। ਫਿਰ ਬੱਚੀਆਂ ਦੀ ਗੱਲ ਕੀਤੀ ਹੈਗੀ ਆ, ਬੇਟੀਆਂ ਦੀ, ਸੋ ਸਰਬੱਤ ਦੇ ਭਲੇ ਦੀ, ਕਿਉਂਕਿ ਸਰਬੱਤ ਦਾ ਭਲਾ ਤਾਂ ਹੀ ਹੈਗਾ ਜੇਕਰ ਅਸੀਂ ਜਿਸ ਇੱਕ ਵਧੀਆ ਸਮਾਜ ਜਿਹੜਾ ਹੈਗਾ ਉਹ ਸਿਰ ਸਕਦੇ ਹਾਂ ਉਹਦੇ ਖੁਦ ਦਾ। ਅਤੇ ਇਹਦੇ ਵਿੱਚ ਮੈਂ ਦੇਖ ਰਿਹਾ ਸੀ ਕਿ ਉਹ ਮੈਸੇਜ ਜਿਹੜੇ ਆ ਬੜੇ ਕਲੀਅਰ ਲਫਜ਼ਾਂ ਦੇ ਵਿੱਚ ਦਿੱਤੇ ਆ, ਅਤੇ ਬਹੁਤ ਵਧੀਆ ਸੀ, ਅਤੇ ਮੈਂ ਵਧਾਈ ਦਿੰਦਾ ਗਿੱਪੀ ਗਰੇਵਾਲ ਅਤੇ ਸਮੂਹ ਟੀਮ ਨੂੰ। ਬਹੁਤ ਵਧੀਆ ਮੂਵੀ ਹੈ ਜੀ, ਬਹੁਤ ਸਾਰੇ ਮੈਸੇਜ ਨੇ, ਜਿਵੇਂ ਬਲਜੀਤ ਭਾਅ ਜੀ ਨੇ ਵੀ ਕਿਹਾ ਕਿ ਹਰ ਇੱਕ ਲਈ ਕੁਛ ਨਾ ਕੁਛ ਮੈਸੇਜ ਹੈਗਾ, ਆਈ ਥਿੰਕ ਮਸਟ ਵਾਚ ਹੈ। ਤੁਸੀਂ ਸਹਿਮਤ ਹੋ? ਹਾਂਜੀ, ਗੂਸ ਬੰਪਸ ਦਿੰਦੀ ਹੈ ਤੁਹਾਨੂੰ ਮੂਵੀ, ਕਈ ਇੱਦਾਂ ਦੇ ਪੁਆਇੰਟਸ ਹੈ, ਕਾਫੀ ਸਟੋਰੀਜ਼ ਹੈ ਉਹਦੇ 'ਚ, ਅਤੇ ਹਰ ਸਟੋਰੀ 'ਚ ਇੱਕ ਮੈਸੇਜ ਹੈ ਤੁਹਾਡੇ ਲਈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। 1, 2, 3, this is even better, it's getting better. Bahut sohniya movie hai banaiya paaji ne, amazing. Haan ji, oh my god, it's amazing, it kept on getting better and better and better. Bahut sohni movie si, my god, I really love it. Yeah, it definitely made my dad shed a tear. Very great, very nice movie, totally recommend for family to come watch it with their kids. Sasikal ji, haan ji, ਬਹੁਤ ਸੋਹਣੀ ਮੂਵੀ ਸੀ, ਮੈਨੂੰ ਲੱਗਿਆ ਜਿਹਨੇ ਬਣਾਈ ਹੈ ਗਿੱਪੀ ਹੋਣਾ ਨੇ ਬਹੁਤ ਵਰਕ ਹਾਰਡ ਕੀਤਾ, ਸਾਰਿਆਂ ਨੂੰ ਦੇਖਣ ਜ਼ਰੂਰ ਆਉਣਾ ਚਾਹੀਦਾ, ਬਿਕੋਜ਼ ਹਰੇਕ ਇੱਕ ਵਰਡ, ਹਰੇਕ ਇਕੱਲੀ ਇਕੱਲੀ ਲਾਈਨ ਦੇ ਵਿੱਚ ਇੱਕ ਮੀਨਿੰਗ ਬਣਦਾ, ਰਾਈਟ, ਲਾਈਫ ਨੂੰ ਜੀਣ ਦਾ, ਲਾਈਫ ਨੂੰ ਸਿੱਖਣ ਦਾ। ਆਈ ਥਿੰਕ ਇਟਸ ਅ ਵੈਰੀ ਕਲੀਅਰ ਮੂਵੀ, ਐਵਰੀਬਡੀ ਸ਼ੁੱਡ ਕਮ ਐਂਡ ਵਾਚ, ਇਟਸ ਵੈਰੀ ਗੁੱਡ, ਥੈਂਕ ਯੂ। ਦੇਖੋ ਜੀ, ਬਹੁਤ ਚਿਰ ਬਾਅਦ ਇਹੋ ਜਿਹੀ ਮੂਵੀ ਦੇਖੀ ਆ ਜਿਹਦੇ ਨਾਲ ਇੱਕ ਇੱਕ ਆਰਟਿਸਟ ਨੇ ਇੱਕ ਆਡੀਅੰਸ ਪੱਖੋਂ ਇੱਕ ਇੱਕ ਮਨ ਨੂੰ ਇੱਕ ਇਹੋ ਜਿਹਾ ਸਕੂਨ ਮਿਲਿਆ ਜਿਹੜਾ ਐਕਸਪਲੇਨ ਨਹੀਂ ਕਰ ਸਕਦਾ।
ਮੈਂ ਜਿੰਨੀ ਵੀ ਪਬਲਿਕ ਹੈ ਨਾ ਹਰ ਕਿਸੇ ਨੂੰ ਇਹ ਕਹਿੰਦਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਦੇਖਣੀ ਆ, ਤੁਸੀਂ ਚਾਹੇ ਕਿਸੇ ਵੀ ਏਜ ਦੇ ਹੋ, ਤੁਸੀਂ ਤੁਹਾਡੀ ਕੋਈ ਵੀ ਸੋਚ ਹੈ, ਤੁਹਾਨੂੰ ਕੁਛ ਨਾ ਕੁਛ ਇਸ ਮੂਵੀ ਤੋਂ ਸਿੱਖਣ ਲਈ ਜ਼ਰੂਰ ਮਿਲੇਗਾ। ਅਤੇ ਸਰਬੱਤ ਦੇ ਭਲੇ ਦੀ ਅਰਦਾਸ ਉਹਨਾਂ ਨੇ ਕਰ ਦਿੱਤੀ ਹੈ ਜੀ, ਅਤੇ ਸਾਡੇ ਵੱਲੋਂ ਇਹਨਾਂ ਦੇ ਲਈ ਅਰਦਾਸ ਬਣਦੀ ਹੈ ਜੀ, ਵਾਹਿਗੁਰੂ ਇਹਨਾਂ ਨੂੰ ਇਹੋ ਜਿਹੀ ਸ਼ਕਤੀ ਦਿੰਦਾ ਰਹੇ ਜੀ ਮੂਵੀਆਂ ਬਣਾਉਣ ਦੇ ਲਈ। ਥੈਂਕ ਯੂ।